ਚਾਚਾ ਜੀ ਮੁਸਾਫਰ ਸੀ, ਉਹ ਯਕੀਨ ਕਰ ਅੱਖਾਂ ਤੇ ਪੱਟੀ ਬੰਨ ਕੇ ਤੇ ਤਸਵੀਰ ਬਣਾ ਦਿੰਦੇ ਹੁੰਦੇ ਸੀ। ਜੁਗਤ ਪੇਸ਼ ਕੀਤੀ ਜਾਏਗੀ, ਭਾਈ ਨੂੰ ਬਾਹਰ ਦੇ ਮੁਲਕ ਚਲ ਗਿਆ, ਗੱਲ ਕੀ ਅੱਜ ਸਾਜੀ ਸਾਰਿਆਂ ਨੇ ਖੁਸ਼ ਖੁਸ਼ ਰਹਿਣਾ ਅੱਜ ਤੋਂ ਬਾਅਦ ਯਾਰ ਮੰਗ ਗਏ। ਮੈਨੂੰ ਯਕੀਨ ਟਰਾਈ ਕਰ ਸਕਦਾ, ਟਰਾਈ ਕਰ ਸਕਦਾ ਫੈਸਲ। ਉਹ ਨੀ ਜਿਹੜਾ ਮਾਊਂਟ ਐਵਰੈਸਟ, ਉਸ ਪਹਾੜ ਜਿੰਨੀ ਮੁਨਾਫਕਤ ਸਿਰਫ ਤੇਰੇ ਇੱਕ ਕੰਨ 'ਚ ਆ, ਯਕੀਨ ਕਰ। ਤੂੰ ਐਸਾ ਘਟੀਆ ਆਦਮੀ ਆ ਫੈਸਲ, ਐਸਾ ਤੂੰ ਬੇਗੈਰਤ ਆਦਮੀ ਆ, ਐਸਾ ਤੂੰ ਨੀਚ ਕਿਸਮ ਦਾ ਇਨਸਾਨ ਆ, ਐਸਾ ਤੂੰ ਕੋਈ, ਤੇਰੀ ਔਕਾਤ ਨਸਲ, ਤੂੰ ਮਿਰਜ਼ਾ ਮੈਨੂੰ ਲੱਗਦਾ ਨੀ ਤੂੰ ਤੂੰ ਕੋਈ, ਤੂੰ ਪਤਾ ਨੀ ਕਿਹੜੀ ਨਸਲ ਆ ਤੇਰੀ। ਬਦਲ ਗਿਆ ਫੈਸਲ, ਮੈਂ ਚੱਲ ਰਹਾ, ਤੂੰ ਟਰਾਈ ਕਰ ਲਾ, ਮੁਹੱਬਤਾਂ ਵੰਡਣੀਆਂ ਸਿੱਖੋ ਯਾਰ। ਹਾਂ ਮੇਰਾ ਵੀ ਨਹੀਂ, ਕਿਸੇ ਦਾ ਵੀ ਨਹੀਂ ਕਰਨਾ। ਚਲੋ ਜੀ ਫੈਸਲ ਸਾਹਿਬ, ਇਨਸਾਨ ਇਨਸਾਨ ਹੁੰਦਾ ਵਾ, ਉਹਨੂੰ ਸਭ ਤੋਂ ਬਹੁਤਾ ਪਿਆਰ ਇਨਸਾਨਾਂ ਨਾਲ ਕਰਨਾ ਚਾਹੀਦਾ। ਕੁੱਤਿਆਂ ਦਾ ਜਿਹੜਾ ਬੰਦਾ ਯਾਰ ਹੁੰਦਾ ਨਾ, ਉਹ ਕੁੱਤਾ ਹੀ ਬਣ ਜਾਂਦਾ, ਠੀਕ ਹੈ। ਤੇ ਤੂੰ, ਤੇਰੀ ਤਬੀਅਤ ਵੀ ਕੁੱਤੀ ਆ, ਜਿਹਨੂੰ ਜੈਨੂਅਨ ਗੱਲ ਸੁਣੇ ਨਾ, ਤੇਰਾ ਅੰਦਰ ਵੀ ਕੁੱਤਿਆਂ ਵਾਲਾ ਵਾ ਫੈਸਲ, ਤੇਰੇ ਅੰਦਰ ਵੀ ਇੱਕ ਕੁੱਤਾ ਹੈ, ਕੁੱਤਾ ਗਲੀਜ਼ ਸ਼ਖਸ ਆ ਤੂੰ। ਮਤਲਬ ਕਿ ਫਰੀਦ ਨੇ ਕੋਈ ਗਾਣਾ ਸ਼ੁਰੂ ਕੀਤਾ ਤੇ ਉਹ ਵੀ ਨਾਲ ਹੀ ਚਬਲ ਬਗੈਰਤ ਆਦਮੀਆਂ ਦਾ ਕੰਮ ਇੱਕ ਇਹ। ਅੱਛਾ ਫਿਰ ਅਗਰ ਇੱਕ ਬੰਦਾ ਦੇਖਣਾ ਕੋਈ, ਮਤਲਬ ਇੱਕ ਬੰਦਾ, ਮੈਨੂੰ ਤੇ ਕਈ ਬੰਦੇ ਐਸੇ ਨੇ ਨਾ ਜਿਹੜੇ ਮਤਲਬ ਕਈ ਕਹਿੰਦੇ ਨੇ ਅਸੀਂ ਮਲਕ ਹਾਂ ਫਲਾਣੇ ਹਾਂ, ਮੈਂ ਮਤਲਬ ਕਈ ਐਸੇ ਆਪਣੇ ਕੋਲ ਜਿਹੜੇ ਕਹਿੰਦੇ ਜੀ ਅਸੀਂ ਮੁਗਲ ਹਾਂ। ਨਹੀਂ ਉਸਤਾਦ ਜੀ, ਕੋਈ ਨਸਲੀ ਕੋਈ ਡੇਢ ਵਜੇ ਆ, ਡੇਢ ਤਿੰਨ ਵਜੇ ਆਉਂਦਾ ਵਾ ਤੇ ਕਹਿੰਦਾ ਮੈਂ ਡੇਢ ਵਜੇ ਆ, ਝੂਠਾ ਤੂੰ ਨਹੀਂ ਮੈਂ ਕਹਿ ਰਿਹਾ, ਓਦਾਂ ਮੈਂ ਕਹਿ ਰਿਹਾ। ਨਹੀਂ ਫੈਸਲ ਸਾਹਿਬ, ਤੁਹਾਨੂੰ ਆਪਣੇ ਜ਼ਮੀਰ ਨਾਲ ਮਲਾਮਤ ਨਹੀਂ ਕਦੀ ਕੀਤੀ? ਜਿੱਡੇ ਇੱਕ ਬੇਗੈਰਤ ਇਨਸਾਨ ਹੋ ਤੁਸੀਂ, ਨੀਚ ਇਨਸਾਨ ਹੋ, ਗਲੀਜ਼ ਇਨਸਾਨ ਹੋ ਤੁਸੀਂ, ਭੋਰਾ ਜਿੰਨਾ ਅਕਲ ਨਹੀਂ ਤੁਹਾਨੂੰ, ਤੁਹਾਡੇ ਖਮੀਰ 'ਚ ਮੁਨਾਫਕਤ ਹੈ ਫੈਸਲ ਸਾਹਿਬ। ਫੈਸਲ ਕੀ ਹੋਇਆ ਯਾਰ, ਇੰਨਾ ਅੱਛਾ ਕਿੱਦਾਂ ਹੋ ਗਿਆ ਤੂੰ, ਕਿਸ ਤਰ੍ਹਾਂ
ਕਿਸਨਾ ਹੋ ਗਿਆ ਉਹਦਾ ਵੀਰ ਦੇ ਭਰਾ ਨੇ ਹੈ ਇਹ ਠੀਕ ਤੇ ਨਹੀਂ ਹੋਇਆ ਭਲਾ ਕਾ ਤੂੰ ਇਦਾਂ ਕਰ ਰਿਹਾ 5000 ਵਾਲਾ ਨੋਟ ਲੱਭਾ ਇਹਨੂੰ ਬਾਹਰ ਨਹੀਂ ਨਹੀਂ ਫੈਸਲ ਕੀ ਹੋਇਆ ਸਾਡੀ ਵੈਸੇ ਹੀ ਮੈਂ ਕਹਿ ਰਿਹਾ ਮੁਹੱਬਤਾਂ ਵੰਡਣੀਆਂ ਗੁੱਸੇ ਨੂੰ ਮੇਰਾ ਬਗੈਰ ਤਾਂ ਬਕਵਾਸ ਕਰਦਾ ਆਹੋ ਆ ਗੁੱਸਾ ਕਿਉਂ ਆ ਰਿਹਾ ਗੁੱਸਾ ਕਿਉਂ ਆ ਰਿਹਾ ਮੂੰਹ ਤੇ ਗੁੱਸਾ ਨਹੀਂ ਆ ਰਿਹਾ ਹੈ ਅੱਛਾ ਨਹੀਂ ਆ ਰਿਹਾ ਗੁੱਸਾ ਅੱਜ ਆਇਆ ਹੁਣੇ ਆਇਆ ਸੀ ਆ ਦੇਖਣ ਆਇਆ ਸੀ ਆਇਆ ਸੀ ਤੇਰੀਆਂ ਅੱਖਾਂ 'ਚ ਨਾ ਵਾਲ ਆ ਹਾਂ ਉਹਦਾ ਬਾਹਰਲੇ ਦਾ ਬਾਹਰਲੇ ਦਾ ਨਹੀਂ ਤੇਰੀਆਂ ਅੱਖਾਂ 'ਚ ਵਾਲ ਆ ਤੇਰੀਆਂ ਅੱਖਾਂ 'ਚ ਹਯਾ ਹੀ ਨਹੀਂ ਹੈਗੀ ਠੀਕ ਹੈ ਬੰਦੇ ਉਹ ਮੈਨੂੰ ਕੀ ਜ਼ਹਿਰ ਲੱਗਦੇ ਨੇ ਉਹਨਾਂ ਬੰਦਿਆਂ ਦੀਆਂ ਮੈਨੂੰ ਹੈਰਾਨਗੀ ਤਬੀਅਤਾਂ ਤੋਂ ਜਿਹੜੇ ਕੁੱਤੇ ਘਰ ਚ ਰੱਖਦੇ ਨੇ ਬੂਹੇ ਦੇ ਬਾਹਰ ਕੁੱਤਾ ਬੰਨਿਆ ਹੁੰਦਾ ਉੱਥੇ ਹੀ ਨਾਲ ਭਰਾ ਸਕਾ ਜਿਹੜਾ ਵਾ ਉਹ ਵੀ ਉਸ ਮੰਜੀ ਦੇ ਨਾਲ ਉੱਥੇ ਕੁੱਤਾ ਬੰਨਿਆ ਵਾ ਉਸ ਬੰਦੇ ਦੀ ਕੀ ਜ਼ਿੰਦਗੀ ਆ ਭਰਾ ਬਾਹਰ ਸੁਣਾਇਆ ਯਾਰ ਇਹਨੇ ਕੁੱਤੇ ਦੀ ਵਜ੍ਹਾ ਤੋਂ ਬੰਦਾ ਠੰਡ ਦੇ ਵਿੱਚ ਭਰਾ ਸੁੱਤਾ ਉਸ ਕੁੱਤੇ ਦੇ ਲਾਣਤ ਕੁੱਤਾ ਲਿਆਉਣ ਵਾਲੇ ਦੇ ਲਾਣਤ ਬੰਦਾ ਛਿੱਤਰ ਮਾਰੇ ਕੁੱਤੇ ਨੂੰ ਵੀ ਤਾਂ ਕੁੱਤਾ ਰੱਖਣ ਵਾਲੇ ਨੂੰ ਅੱਛਾ ਕੁੱਤੇ ਨੂੰ ਹੁਣ ਤੁਸੀਂ ਕੀ ਗਾਲ ਕੱਢ ਲੋਗੇ ਕੁੱਤੇ ਨੂੰ ਕਹਾਂਗੇ ਅਸੀਂ ਕਿ ਕਿਸੇ ਮਾਲਕ ਦਾ ਕੁੱਤਾ ਹੁੰਦਾ ਹੀ ਉਹ ਕਿਸੇ ਮਾਲਕ ਦੇ ਕੁੱਤਿਆਂ ਇਹਨੇ ਸਾਜੀ ਵੇਖੋ ਕਿੱਦਾਂ ਕੁੱਤੇ ਨੂੰ ਮੇਰਾ ਵੱਸ ਚ ਹੋਵੇ ਮੈਂ ਫੈਰ ਮਾਰਦਾ ਉਹਨੂੰ ਕੁੱਤੇ ਨੂੰ ਲੇਕਿਨ ਉਸਤਾਦ ਜੀ ਫਿਰ ਵੀ ਇੱਕ ਗੱਲ ਤੂੰ ਆ ਕੇ ਤੇ ਵੇਖ ਅੱਛਾ ਮੈਨੂੰ ਇੱਕ ਗੱਲ ਦੱਸੋ ਉਸਤਾਦ ਜੀ ਜਿਹੜਾ ਕੁੱਤਾ ਤੁਸੀਂ ਬੂਹੇ ਦੇ ਅੱਗੇ ਬਿਠਾ ਲਿਆ ਤੇ ਰਹਿਮਤ ਦਾ ਫਰਿਸ਼ਤਾ ਬਣ ਸਕਦਾ ਉਹ ਕੁੱਤਾ ਕੁੱਤਾ ਹੀ ਹੈ ਉਹ ਇਨਸਾਨ ਵੀ ਕੁੱਤਾ ਜਿਹੜਾ ਕੁੱਤਾ ਲਿਆ ਕੇ ਰੱਖਦਾ ਐਸ ਕੁੱਤੇ ਨੂੰ ਪੁੱਛੇ ਬੰਦਾ ਉਹ ਕੁੱਤਾ ਅੱਖਾਂ ਚ ਪਾਣੀ ਆ ਗਿਆ ਫੈਸਲ ਮੰਨ ਜਾ ਤੂੰ ਨਾ ਨਹੀਂ ਏਦਾਂ ਕਰ ਸਕਦਾ ਨਹੀਂ ਤੂੰ ਏਦਾਂ ਤੇਰਾ ਇਰਾਦਾ ਟੁੱਟ ਜਾਣਾ ਨਹੀਂ ਟੁੱਟਦਾ ਤੂੰ ਏਦਾਂ ਕਰ ਲੈਣਾ ਵਾ ਤੇਰੀ ਅੱਖਾਂ ਚ ਨਹੀਂ ਟੁੱਟਦਾ ਆ ਗੁੱਸਾ ਤਾਂ ਹੱਥ ਪੈ ਤੇਰੇ ਕੰਮਣ ਲੱਗ ਪਏ ਟੁੱਟਦਾ ਨਹੀਂ ਇਹ ਨਹੀਂ ਮੈਂ ਰਾਜਾ ਫਿਲਮ ਵਾਲਾ ਨਹੀਂ ਅੱਗੇ ਹਾਸਾ ਸੀ ਹੁਣ ਹਾਸਾ ਕਿੱਥੇ ਗਿਆ ਸਹੀ ਤਰ੍ਹਾਂ ਨਾਲ ਰਹਿੰਦਾ ਗੁੱਸਾ ਹੈਗਾ ਕਿ ਨਹੀਂ ਪੂਰਾ ਹਿਸਾਬ ਆ ਤੈਨੂੰ ਮੈਂ ਕਿਹਾ ਸੀ ਨਾ ਇਹਨੂੰ ਕੁਛ ਕਹਿਣਾ ਉਹਨੂੰ ਨਾ ਕਹੀ ਤੁਸੀਂ ਹਿਸਾਬ ਲਾਓ ਕਿ ਕੁੱਤਾ ਭਾਵੇਂ ਮਤਲਬ ਸੋਨੇ ਦੇ ਕਵਰ ਚ ਲਪੇਟਿਆ ਹੋਵੇ ਤੇ ਹੈ ਤਾਂ ਕੁੱਤਾ ਹੀ ਹੈ ਨਾ ਕੁੱਤਾ ਹੀ ਹੈ ਸਹੀ ਗੱਲ ਹੈ ਤੇ ਉਹਨੂੰ ਰੱਖਿਆ ਤੁਸੀਂ ਤਬੀਅਤ ਅੱਧੀ ਕੁੱਤੇ ਵਾਲੀ ਹੋ ਗਈ ਫਰੀਦ ਯਾਰ ਤੇ ਘਰੋਂ ਤਾਂ ਨਹੀਂ ਖਾਣ ਜਾਂਦਾ ਹੈ ਨਾ ਅਸਲ ਮੈਂ ਤੁਹਾਨੂੰ ਕਿਹਾ ਸੀ ਗੁੱਸੇ ਤੇ ਨਹੀਂ ਕਹਿੰਦੇ ਆ ਸ਼ੁਗਰ ਨਾਲ ਕਹਿੰਦੇ ਆ ਤੁਹਾਨੂੰ ਲੇਕਿਨ ਮੈਂ ਸਾਜੀ ਮੈਂ ਹਿਸਾਬ ਲਾਇਆ ਯਾਰ ਜੇ ਆਪਣੇ ਬੱਚਿਆਂ ਨੂੰ ਇਹ ਬਾਹਰ ਕੱਢ ਦਿੰਦਾ ਵਾ ਕੁੱਤਾ ਜਿਹੜਾ ਇਹਨੇ ਵਿਹੜੇ 'ਚ ਪਾਇਆ ਹੁੰਦਾ ਤੇ ਕੁੱਤਾ ਹਮੇਸ਼ਾ ਕੁੱਤਾ ਹੀ ਹੁੰਦਾ ਫੈਸਲ ਸਾਹਿਬ ਉਹ ਯਾਰ ਉਹਨਾਂ ਸਾਰਿਆਂ ਨੂੰ
ਸਲਾਮ ਹੈ। ਤੂੰ ਕੁੱਤਾ ਰੱਖਿਆ ਫੈਸਲ, ਤੈਨੂੰ ਗੁੱਸਾ ਉੱਡ ਰਿਹਾ ਫੈਸਲ ਕਸਮੇ ਹੋਏ 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 ਵਾਹ 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 ਫੈਸਲ ਕਿਆ ਕਹਿੰਦੇ ਜਗ੍ਹਾ ਜਗ੍ਹਾ ਤੋਂ ਮੰਗਣਾ ਪੈਸੇ ਸ਼ਰਮ ਨੀ ਆਉਂਦੀ ਔਕਾਤ ਕੋਈ ਨੀ ਗੀ ਤੂੰ ਘਟੀਆ ਜੀ ਨੇਚਰ ਦਾ ਮਾਲਕ ਆ ਗਲੀਜ਼ ਜੀ ਤੇਰੀ ਸੋਚ ਆ ਠੀਕ ਆ ਤੁਹਾਨੂੰ ਤਾਂ ਭੱਲੇ ਟੀਪੂ ਸੁਲਤਾਨ ਕਹਿੰਦੇ ਨੇ ਨਾ ਇਹ ਗੁੱਸਾ ਨੀ ਹਰ ਜਗ੍ਹਾ ਤੇ ਤੇਰੀ ਥੂ ਥੂ ਹੁੰਦੀ ਆ ਕੁੱਤਿਆਂ ਕੁੱਤਿਆਂ ਹੁੰਦੀ ਆ ਹੁਣ ਸਾਡੇ ਨਾਲ ਬਹਿ ਕੇ ਤੂੰ ਗੁੱਸੇ ਕਰੀ ਰਜ਼ਾ ਦੇ ਕੋਲੋਂ ਪੈਸੇ ਮੰਗਣ ਲਿਆ ਸੀ ਮੈਂ ਦੋ ਹੀ ਭਰਾ ਮੇਰੇ ਉਹਨਾਂ ਕੋਈ ਮੈਂ ਲੈਣਾ ਉਹਨਾਂ ਤੋਂ ਇਲਾਵਾ ਨੀ ਤੇ ਉਹਨਾਂ ਦੋਹਾਂ ਭਰਾਵਾਂ ਦੇ ਕੋਲੋਂ ਲੈ ਕੇ ਤੁਸੀਂ ਘਰ ਆਪਣਾ ਚਲਾਉਣ ਦੇ ਸ਼ਰਮ ਗੈਰਤ ਨੀ ਆਉਂਦੀ ਤੁਹਾਡੇ ਅੰਦਰ ਸ਼ੁਕਰ ਅੱਲਾ ਭਾਈ ਸਾਹਿਬ ਗੁੱਸਾ ਨੀ ਕੀਤਾ ਜਿੱਦਾਂ ਤੂੰ ਜ਼ਿਕਰ ਖਾਦਾ ਨਾ ਅੱਜ ਲੁੱਕ ਕੇ ਉਧਰ ਨੁੱਕਰ ਤੋਂ ਜਵਾਬ ਕੀ ਜ਼ਿੰਗਰ ਉਹ ਜ਼ਿੰਗਰ ਬਰਗਰ ਕੰਧ ਤੁਹਾਨੂੰ ਦੇਖ ਕੇ ਨਾ ਆਦਮੀ ਰਿਹਾ ਤੇ ਉੱਧਰ ਹੋ ਗਏ ਦੁੱਧੀ ਵੱਡੇ ਫੇਰ ਅੱਜ ਕਰ